ਜਿਹੜੀ ਇਹ ਰਾਜਨੀਤਿਕ ਪਾਰਟੀਆਂ ਨੇ ਵਾਅਦੇ ਤਾਂ ਬਹੁਤ ਕਰਦੀਆਂ ਨੇ, ਹੱਦ ਤੋਂ ਵੱਧ ਕਰਦੀਆਂ, ਪਰ ਕਰਦੀਆਂ ਕੁਛ ਨਹੀਂ ਹੈਗੀਆਂ। 1 ਸਾਲ 11 ਦਿਨ ਦੀ ਸਰਕਾਰ ਛੱਡ ਕੇ ਭੱਜ ਗਿਆ ਜਿੰਨੇ ਵਾਅਦੇ ਕਰੇ ਤੇ। ਲੀਡਰਾਂ ਨੂੰ ਇਹ ਦੇਖ ਲਓ, ਕੋਈ ਲੀਡਰ ਸਾਲ ਮਾਰ ਕੇ ਕਿਹੜੀ ਪਾਰਟੀ 'ਚ ਵੱਗ ਜਾਂਦਾ, ਕੋਈ ਕਿਹੜੀ ਪਾਰਟੀ 'ਚ ਵੱਗ ਜਾਂਦਾ, ਪਰ ਜਦੋਂ ਮੈਂ ਜਿਹਦੇ ਪਿੱਛੇ ਮੈਂ ਲੜ ਰਿਹਾ ਉਹ ਸਾਲ ਮਾਰ ਕੇ ਦੂਜੀ ਪਾਰਟੀ 'ਚ ਵੱਗ ਜਾਂਦਾ ਆ, ਪਰ ਵੋਟ ਪਾਉਣ ਵਾਲੀ ਦੀ ਕੀ ਅਹਿਮੀਅਤ ਰਹਿ ਜਾਂਦੀ ਆ? ਵੋਟਾਂ ਨਾਲ ਆਪਣਾ ਸੁਧਾਰ ਨਹੀਂ ਹੋਣਾ, ਜੇ ਆਪਣਾ ਸੁਧਾਰ ਹੋਣਾ ਆ ਤਾਂ ਆਪਣੇ ਭਾਈਚਾਰੇ ਨਾਲ, ਆਪਣੇ ਏਕੇ ਨਾਲ। ਪਰ ਜਿਹੜਾ ਵੋਟ ਪਾਉਂਦਾ ਤਾਂ ਨਕਦ ਹੱਕ ਹੋਣਾ ਚਾਹੀਦਾ ਵੀ ਉਹ ਜਵਾਬਦੇਹ ਹੋਵੇ ਲੀਡਰ ਉਹਨਾਂ ਦਾ, ਕਿਉਂਕਿ ਮੇਰਾ ਵੀ ਹੱਕ ਆ ਸਵਾਲ ਜਵਾਬ ਦੇਣ ਦਾ, ਕਿਉਂਕਿ ਮੈਂ ਟੈਕਸ ਭਰਦਾ, ਮੈਂ ਹਰ ਚੀਜ਼ 'ਤੇ ਉਹਦੇ ਟੈਕਸ ਦਿੰਦਾ ਹਾਂ। ਭਗਵੰਤ ਮਾਨ ਬਾਰੇ ਵੀ ਹਾਂ ਵਧੀਆ ਕੰਮ ਕਰੂਗਾ, ਦੇਸੀ ਜਿਹਾ ਬੰਦਾ ਇਹ, ਦੇਸੀ ਕੰਮ ਕਰੂਗਾ, ਕਹਿੰਦਾ ਕੁਛ ਹੋਰ ਆ, ਕਰਦਾ ਕੁਛ ਹੋਰ ਆ। ਹੁਣ ਆਪਦੇ ਆਪ ਨੂੰ ਕੋਈ ਮਾੜਾ ਥੋੜ੍ਹਾ ਕਹਿੰਦਾ ਹੁੰਦਾ ਜੀ? ਆਪਦੇ ਆਪ ਤਾਂ ਮੈਂ ਵੀ ਨਹੀਂ ਮਾੜਾ ਕਹਿੰਦਾ, ਚਾਹੇ ਮੈਂ ਚੋਰੀ ਕਰਕੇ ਆਵਾਂ, ਚੋਰੀ ਜਾਂ ਤੜੋ, ਕੋਈ ਚੋਰੀ ਕਰੀ ਆ। ਜੋ ਗੌਰਮੈਂਟਾਂ ਨੂੰ ਕਿਸਾਨ ਬਾਰੇ ਸੋਚਣਾ ਚਾਹੀਦਾ, ਕਿਸੇ ਨੂੰ ਨੌਕਰੀ ਨਹੀਂ ਮਿਲੀ ਹੈ ਕਿ ਉਹ ਨੇ ਝੂਠੇ ਦਾਅਵੇ ਨੇ, ਚਾਹੇ ਕਾਂਗਰਸ ਆ, ਚਾਹੇ ਅਕਾਲੀ ਆ, ਚਾਹੇ ਝਾੜੂ ਵਾਲੇ ਨੇ, ਸਭ ਦੇ ਵਾਅਦੇ ਨੇ, ਪੂਰਾ ਕਿਸੇ ਦਾ ਨਹੀਂ ਹੁੰਦਾ ਹੈਗਾ। ਆ ਟੋਡੇ ਭੁੱਕੀ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ 'ਚ, ਜਿੰਨੇ ਵਾਅਦੇ ਹੁੰਦੇ ਆ ਨਾ ਉਨੇ ਨਹੀਂ ਮਤਲਬ ਪੂਰੇ ਕੀਤੇ ਜਾਂਦੇ। ਆ 2 ਸਾਲ ਦੇ ਵਿੱਚ ਤਾਂ ਵਿਕਾਸ ਜਮਾ ਹੀ ਹੋਏ। ਕੀ ਲੱਗਦਾ ਇਸ ਵਾਰ ਪਾਰਟੀ ਦਾ ਕੀ, ਕਿਹੜੀ ਪਾਰਟੀ ਦਾ ਰੁਝਾਨ ਜ਼ਿਆਦਾ ਇਸ ਵਾਰ? ਕਾਂਗਰਸ ਦਾ ਕਾਰਡ ਜ਼ਿਆਦਾ, ਡਰੱਗ ਤਸਕਰੀ ਹੋ ਗਈ, ਨਸ਼ਾ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ। ਉਮੀਦਵਾਰ ਪਹਿਲਾਂ ਦੀ ਤਰ੍ਹਾਂ ਉਵੇਂ ਵਾਅਦੇ ਕਰਦੇ ਹਾਂ ਜੀ ਕਿ ਸਾਡੀ ਪਾਰਟੀ ਨੂੰ ਵੋਟ ਪਾਓ, ਅਸੀਂ ਕੰਮ ਕਰਾਂਗੇ, ਪਰ ਇਸ ਤਰ੍ਹਾਂ ਦਾ ਕੁਛ ਦੇਖਣ ਨੂੰ ਨਹੀਂ ਮਿਲਦਾ। ਵੋਟਾਂ ਤੋਂ ਬਾਅਦ ਗਾਇਬ ਹੋ ਜਾਂਦੇ ਆ ਤੁਹਾਨੂੰ ਪਤਾ। ਉਹ ਜਨਾਨੀ ਵਾਲਾ 1000 ਰੁਪਏ ਵਾਲੀ ਚੱਕਰ ਪਾਈ ਜਾਂਦਾ ਬਹੁਤ ਜ਼ਿਆਦਾ। ਅੱਛਾ। ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ, ਵੱਖ ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ, ਪੰਜਾਬ ਦੀ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦਾ ਮਾਹੌਲ ਹੈ ਉਹ ਪੱਖਿਆ ਹੋਇਆ, ਕੀ ਮੁੱਦੇ ਨੇ, ਅਸੀਂ ਜਨਤਾ ਦੇ ਨਾਲ ਹੀ ਗੱਲਬਾਤ ਕਰਦੇ ਹਾਂ। ਆਓ ਕਰਦੇ ਹਾਂ ਜਨਤਾ ਦੇ ਨਾਲ ਗੱਲਬਾਤ। ਸੋ ਬਿਲਕੁਲ ਜਨਤਾ ਦੀ ਆਵਾਜ਼ ਦੇ ਵਿੱਚ ਜਨਤਾ ਦੇ ਜਿਹੜੇ ਨੇ ਅਸੀਂ ਸਵਾਲ ਅਤੇ ਜਵਾਬ ਲੈ ਰਹੇ ਹਾਂ। ਸੋ ਕਿਉਂਕਿ ਚੋਣਾਂ ਦਾ ਮਾਹੌਲ ਜਿਹੜਾ ਪੱਖਿਆ ਹੋਇਆ, ਬਾਈ ਜੀ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਜੀ ਬਾਈ ਜੀ, ਕਿੱਦਾਂ ਲੱਗਦਾ ਮਾਹੌਲ, ਕਿੱਦਾਂ ਦਾ ਚੋਣਾਂ ਚੱਲ ਰਹੀਆਂ ਨੇ, ਕੀ ਲੱਗ ਰਿਹਾ ਹੁਣ? ਵਧੀਆ ਲੱਗ ਰਿਹਾ ਜੀ। ਕੀ ਲੱਗਦਾ ਇਸ ਵਾਰ ਪਾਰਟੀ ਦਾ ਕੀ, ਕਿਹੜੀ ਪਾਰਟੀ ਦਾ ਰੁਝਾਨ ਜ਼ਿਆਦਾ ਇਸ ਵਾਰ? ਕਾਂਗਰਸ ਦਾ ਕਾਰਡ ਜ਼ਿਆਦਾ। ਕਿਸ ਤਰ੍ਹਾਂ ਬਾਈ? ਕਾਂਗਰਸ ਕੁਝ MSP ਕਰਕੇ ਜੀ ਪ੍ਰੋਬਲਮ ਜਿਹੜੀ BJP ਦੇ ਰਹੀ ਹੈ ਉਹ ਅੱਗੇ ਸੋਲੂਸ਼ਨ ਨਿਕਲ ਸਕੇ ਜੀ। ਅੱਛਾ, ਪਰ ਆਮ ਆਦਮੀ ਪਾਰਟੀ ਨੇ ਵੀ ਦਾਅਵਾ ਕੀਤਾ, ਕਹਿੰਦਾ ਸੀ, ਵਾਅਦਾ ਕੀਤਾ, ਕਹਿੰਦਾ ਕੰਮ ਬੜੇ ਕਰਾਏ ਨੇ ਸੀ। ਆਮ ਪਾਰਟੀ ਕੰਮ ਨਹੀਂ ਨਾ ਕਰਦੀ, ਜਿਵੇਂ ਆਪਣਾ ਇੱਥੇ ਖਨੌਰੀ ਸਾਹਿਬ ਉਹ ਮਰ ਗਏ ਸੀ, ਆਪਣਾ ਗੋਲੀ ਮਾਰ ਕੇ ਮੁੰਡਾ ਜੀ, ਇਹਨਾਂ ਨੇ ਕੁਛ ਨਹੀਂ ਪਰਚਾ ਖੱਟੜ ਦੇ ਦਿੱਤਾ, ਨਾ ਕਿਸੇ ਦੇ ਪਰਚਾ ਨਹੀਂ ਦਿੱਤਾ ਇਹਨਾਂ ਨੇ। ਅੱਛਾ, ਹਾਂਜੀ। ਅਤੇ ਕੀ ਲੱਗਦਾ ਇਸ ਵਾਰ ਭਾਈ, ਤੁਹਾਨੂੰ ਲੱਗਦਾ ਵੀ ਕਿਹਦੀ ਹਵਾ ਕਿਹਦੀ ਜ਼ਿਆਦਾ, ਕਿਉਂਕਿ ਦਾਅਵਾ? ਅੱਛਾ, ਕਾਂਗਰਸ ਦੇ ਹਵਾ। ਸੋ ਬਿਲਕੁਲ ਮਹਿਲਾਵਾਂ ਜੀ, ਮਾਤਾ ਵੀ, ਮਾਤਾ ਜੀ ਸਤਿ ਸ਼੍ਰੀ ਅਕਾਲ ਜੀ, ਮਾਤਾ ਜੀ ਠੀਕ ਹੋ? ਠੀਕ। ਕਿਹੜਾ ਪਿੰਡ, ਕਿਹੜਾ ਤੁਹਾਡਾ? ਪਟਿਆਲੇ ਆ ਜੀ। ਪਟਿਆਲਾ, ਵੋਟ ਪਾਉਂਦੇ ਹੋ ਕਿ ਨਹੀਂ ਪਾਉਂਦੇ? ਪਾਉਂਦੇ ਹਾਂ ਜੀ, ਵੋਟਾਂ ਵੀ ਪਾਉਂਦੇ ਹਾਂ। ਅਤੇ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਦਾ ਰੁਝਾਨ ਹੈ, ਕਿਹਨੂੰ ਕੀ ਲੱਗਦਾ? ਦੇਖੋ ਹੁਣ ਜੀ, ਅਜੇ ਕੀ ਪਤਾ ਕਿਹੜੀ ਪਾਰਟੀ ਦਾ ਲੱਗ ਜੀ ਆਪਾਂ। ਅੱਛਾ, ਹਾਂ ਤੁਹਾਨੂੰ ਪਾ ਦਾਂਗੇ ਅਸੀਂ ਤਾਂ। ਨਹੀਂ ਨਹੀਂ, ਵਾਅਦਾ ਕਿਹੜੀ ਪਾਰਟੀ ਨੇ ਕੀਤਾ, ਤੁਹਾਨੂੰ ਲੱਗਦਾ ਵਾਅਦੇ ਬੜੇ ਕੀਤੇ ਜਾ ਰਹੇ ਨੇ ਪਾਰਟੀਆਂ ਵੱਲੋਂ, ਪਾਰਟੀ ਨੇ ਵਾਅਦਾ ਕੀਤਾ ਅਜੇ ਤੱਕ ਪੂਰਾ? ਆਹੋ ਜੀ, ਪਤਾ ਜੀ ਉਹ ਤਾਂ ਪਤਾ ਜੀ ਆਪਾਂ। ਕਿਹੜੀ ਪਾਰਟੀ ਨੇ ਕੀਤਾ ਵਾਅਦਾ? ਇਹ ਜੀ ਕੇਸਰੀ ਪਾਰਟੀ, ਜੇ ਤੁਹਾਡੇ ਪਾ ਦਾਂਗੇ ਤਾਂ ਵੀ ਆ, ਹੋਰ ਤੇ ਪਾ ਦਾਂਗੇ ਤਾਂ ਵੀ, ਸਾਨੂੰ ਤਾਂ ਇੱਕੇ ਨੇ। ਅੱਛਾ ਬਾਈ ਜੀ, ਤੁਸੀਂ ਬਾਈ ਗਰਮੀ ਤੋਂ ਬਚਣ ਦੇ ਲਈ ਜੂਸ ਦਾ ਸਹਾਰਾ ਲਿਆ, ਉੱਧਰ ਚੋਣਾਂ ਦਾ ਮਾਹੌਲ ਵੀ ਗਰਮਾਇਆ ਹੋਇਆ, ਕੀ ਲੱਗਦਾ ਸਰ ਮੁੱਦੇ ਕੀ ਹੋਣਗੇ ਚੋਣਾਂ ਨੂੰ ਲੈ ਕੇ? ਚੋਣਾਂ ਦੇ ਮੁੱਦੇ ਪੂਰੇ ਪੱਕੇ ਹੋਣਗੇ ਜੀ, ਪੂਰਾ ਮੁਕਾਬਲਾ ਹੋਏਗਾ ਮੇਰੇ ਹਿਸਾਬ ਦੇ ਨਾਲ, ਜਿਵੇਂ ਜਿਵੇਂ ਸਰਕਾਰਾਂ ਆਉਣਗੀਆਂ ਉਵੇਂ ਦੇਖਦੇ ਹਾਂ, ਪਰ ਹੁਣ ਤੱਕ ਜੋ ਕੋਈ ਵਾਅਦੇ ਹੋਏ ਨੇ ਉਹ ਤਾਂ ਪੂਰੇ ਹੋਏ ਨਹੀਂ ਆ, ਤੁਹਾਡੇ ਸਾਹਮਣੇ ਨੇ। ਕਿਹੜੇ ਝੂਠੇ ਵਾਅਦੇ ਨਹੀਂ ਹੋਏ, ਕਿਉਂਕਿ ਸਰਕਾਰ ਦਾਅਵਾ ਕਰ ਰਹੀ ਆ, ਆਮ ਆਦਮੀ ਪਾਰਟੀ ਕਹਿ ਰਹੀ ਹੈ ਅਸੀਂ ਜਿਹੜਾ ਆਪਣਾ ਕੰਮ ਪੂਰਾ ਕੀਤਾ ਸਾਡਾ ਕੰਮ ਬੋਲਦਾ, BJP ਕਹਿੰਦੀ ਸਾਡੇ ਜਿਹੜੇ ਕੰਮ ਕੀਤੇ ਨੇ ਉਹ ਬੋਲਦੇ ਨੇ, ਕਾਂਗਰਸ ਆਪਣੇ ਕੰਮ ਗਿਣਾ ਰਹੀ ਹੈ, ਕੀ ਲੱਗਦਾ ਇਸ ਵਾਰ?
ਕੰਮ ਤਾਂ ਇਹ ਹੈ ਕਿ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ, ਡਰੱਗ ਤਸਕਰੀ ਹੋ ਗਈ, ਨਸ਼ਾ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ। ਹਰ ਰੋਜ਼ ਨਵੀਂ ਨਵੀਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਨੌਜਵਾਨ ਓਵਰਡੋਜ਼ ਨਾਲ ਮਰ ਗਿਆ, ਅਤੇ ਇਸ 'ਤੇ ਨਕੇਲ ਕੱਸਣੀ ਚਾਹੀਦੀ ਆ। ਉਮੀਦਵਾਰ ਆ ਰਹੇ ਨੇ ਤੁਹਾਡੇ ਹਲਕਿਆਂ ਦੇ ਵਿੱਚ, ਗੱਲ ਕੀਤੀ ਜਾਵੇ ਉਮੀਦਵਾਰਾਂ ਦਾ ਰੁਝਾਨ ਕਿੱਦਾਂ ਦਾ, ਕੀ ਰਹੇ ਨੇ ਸਵਾਲ ਉਮੀਦਵਾਰ ਨੇ? ਉਮੀਦਵਾਰ ਪਹਿਲਾਂ ਦੀ ਤਰ੍ਹਾਂ ਉਵੇਂ ਵਾਅਦੇ ਕਰਦੇ ਆ ਜੀ ਕਿ ਸਾਡੀ ਪਾਰਟੀ ਨੂੰ ਵੋਟ ਪਾਓ, ਅਸੀਂ ਕੰਮ ਕਰਾਂਗੇ, ਪਰ ਇਸ ਤਰ੍ਹਾਂ ਦਾ ਕੁਛ ਦੇਖਣ ਨੂੰ ਨਹੀਂ ਮਿਲਦਾ। ਵੋਟਾਂ ਤੋਂ ਬਾਅਦ ਗਾਇਬ ਹੋ ਜਾਂਦੇ ਆ, ਤੁਹਾਨੂੰ ਪਤਾ ਹੀ ਹੈ। ਅੱਛਾ, ਹਾਂਜੀ। ਮੈਨੂੰ ਲੱਗਦਾ ਭਾਈ ਨੌਜਵਾਨਾਂ, ਤੁਸੀਂ ਨੌਜਵਾਨ ਹੋ, ਨੌਜਵਾਨਾਂ ਦੇ ਕਿੱਦਾਂ ਦੇ ਮੁੱਦੇ ਨੇ, ਕਿਉਂਕਿ ਅੱਜ ਕੱਲ੍ਹ ਜਿਹੜੀ ਨੌਜਵਾਨੀ ਪੀੜ੍ਹੀ ਆ ਉਹ ਵਿਦੇਸ਼ਾਂ ਦੇ ਵੱਲ ਰੁਖ ਕਰ ਰਹੀ ਹੈ, ਕੀ ਲੱਗਦਾ ਉਹ? ਨੌਜਵਾਨਾਂ ਦੇ ਖਾਸ ਕਰਕੇ ਮੁੱਦੇ ਤਾਂ ਨੌਕਰੀ ਨੂੰ ਲੈ ਕੇ ਹੀ ਨੇ ਜੀ, ਕਿਉਂਕਿ ਰੁਜ਼ਗਾਰ ਤਾਂ ਹੈ ਨਹੀਂ ਗਾ, ਇਸ ਕਰਕੇ ਲੋਕ ਜਾਂ ਤਾਂ ਕਿਸੇ ਅਦਰ ਸਟੇਟ ਦੇ ਵਿੱਚ ਮੂਵ ਕਰ ਜਾਂਦੇ ਨੇ, ਅਤੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਜਿਹੜਾ ਕੈਨੇਡਾ ਅਮਰੀਕਾ ਇਮੀਗ੍ਰੇਸ਼ਨ ਦਾ ਰੂਟ ਫੜਦੇ ਨੇ, ਬਾਹਰ ਚਲੇ ਜਾਂਦੇ ਨੇ। ਭਗਵੰਤ ਮਾਨ ਕਹਿੰਦਾ ਕੋਈ ਵੀ ਬਾਹਰ ਜਾਣ ਨਹੀਂ ਜਾਊਗਾ, ਉਹ ਨੌਜਵਾਨ ਪੂਰੀ ਜਿਹੜਾ ਰੁਜ਼ਗਾਰ ਪੈਦਾ ਕਰ ਰਹੇ, ਕਿਉਂਕਿ ਰੁਜ਼ਗਾਰ ਦੇ ਵੀ ਰਹੇ ਹਾਂ ਅਤੇ ਸਾਧਨ ਵੀ ਪੈਦਾ ਕਰ ਰਿਹਾ, ਕੀ ਲੱਗਦਾ ਇਸ ਵਾਰ? ਹਜੇ ਤੱਕ ਤਾਂ ਕੁਛ ਇਹੋ ਜਿਹਾ ਦੇਖਣ ਨੂੰ ਮਿਲਿਆ ਨਹੀਂ ਹੈ, ਜੇ ਕਿਤੇ ਦੇਖਣ ਨੂੰ ਐਸਾ ਮਿਲਿਆ ਹੋਊਗਾ ਤਾਂ ਖਬਰ ਨਹੀਂ ਪਹੁੰਚੀ ਸਾਡੇ ਤੱਕ, ਪਰ ਜੋ ਹੁਣ ਅੱਜ ਕੱਲ੍ਹ ਦੇਖਣ ਦੇ ਵਿੱਚ ਆ ਰਿਹਾ ਤਾਂ ਬਾਹਰ ਦਾ ਰੁਝਾਨ ਸਭ ਤੋਂ ਵੱਧ ਦੇਖਿਆ ਗਿਆ। ਅੰਕਲ ਜੀ ਕੀ ਹਾਲ ਆ ਜੀ? ਠੀਕ ਹੋ? ਠੀਕ ਹੈ ਜੀ। ਕੀ ਲੱਗਦਾ ਚੋਣਾਂ ਦਾ ਮਾਹੌਲ ਹੈ, ਕਿਹੜੀ ਪਾਰਟੀ ਤੁਹਾਨੂੰ ਲੱਗਦਾ ਕੀ ਕਹਿੰਦਾ, ਕੀ ਕਹਿਣਾ ਚਾਹੁੰਦਾ, ਕੋਈ ਪਾਰਟੀ ਪਸੰਦ ਹੈ ਵੀ ਇਸ ਵਾਰ, ਕੀ ਲੱਗਦਾ ਤੁਹਾਨੂੰ? ਵਧੀਆ ਜੀ ਵਧੀਆ। ਕਿਹੜੀ ਪਾਰਟੀ ਵਧੀਆ? ਸਾਰੀ ਵਧੀਆ ਹੀ ਹੈ। ਅੱਛਾ, ਹੋਰ ਕੀ ਕੰਮ ਕੀ ਕਰਦੇ ਹੋ ਤੁਸੀਂ? ਅਸੀਂ ਦਿਹਾੜੀ ਕਰਦੇ। ਦਿਹਾੜੀ ਕਰਦੇ ਹੋ? ਹਾਂ ਜੀ। ਜੋ ਸਰਕਾਰਾਂ ਵਾਅਦੇ ਕਰਦੀਆਂ ਨੇ, ਦਾਅਵੇ ਕਰਦੀਆਂ ਨੇ, ਪੂਰੇ ਕਰ ਰਹੀਆਂ ਕਿ ਨਹੀਂ ਕਰ ਰਹੀਆਂ? ਵਿੱਚ ਕਰਦੀਆਂ ਵੀ ਨਹੀਂ, ਵਿੱਚ ਕਰਦੀਆਂ ਵੀ। ਅੱਛਾ, ਕੀ ਵਾਅਦਾ ਦਾਅਵਾ ਕੀ ਪੂਰਾ ਕੀਤਾ, ਕੀ ਲੱਗਦਾ ਚੋਣਾਂ ਦਾ ਮਾਹੌਲ ਹੈ, ਕੋਈ ਦਾਅਵਾ ਵਾਅਦਾ ਪੂਰਾ ਕੀਤਾ ਸਰਕਾਰਾਂ ਵੱਲੋਂ? ਨਹੀਂ ਕਰੇ, ਵਿੱਚ ਹੈ ਨਹੀਂ, ਕਰਦੇ ਨਹੀਂ, ਘੱਟ ਕਰਦੇ। ਕੀ ਘੱਟ ਕੀਤਾ? ਸਭ ਬਿਲਕੁਲ ਅਸੀਂ ਜਿਹੜਾ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਬਾਈ ਜੀ, MP ਦੇ ਚੋਣਾਂ ਆ ਰਹੀਆਂ ਨੇ, ਕਿਹੜਾ ਉਮੀਦਵਾਰ ਤੁਹਾਨੂੰ ਕੀ ਲੱਗਦਾ ਇਸ ਵਾਰ ਕਿਹੜਾ ਬਾਜੀ ਮਾਰੂਗਾ? ਮਾਰੇ ਵੀ ਭਗਵੰਤ ਮਾਨ ਹੀ ਮਾਰੂਗਾ ਜੀ। ਅੱਛਾ, ਦੱਸ ਤੁਹਾਨੂੰ ਜਿੱਥੇ ਵੀ ਭਗਵੰਤ ਮਾਨ ਹੀ ਆ। ਕਿਸ ਤਰ੍ਹਾਂ ਕਿਉਂ ਕੀ ਕੀਤਾ ਭਗਵੰਤ ਮਾਨ ਨੇ? ਕਰੀ ਜਾਂਦਾ ਜੀ, ਬੈਠਣ ਜਾਣ ਨੂੰ ਨੌਕਰੀ ਦਿਲਵਾ ਦੇ ਬੰਦੇ ਕਿੰਨੇ, ਹੋਰ ਕੀ ਚਾਹੀਦਾ, ਸਹੂਲਤਾਂ ਇਹ ਹੌਲੀ ਹੌਲੀ ਕਰੀ ਜਾਊਗਾ, ਉਹ ਤਾਂ ਪਹਿਲੇ ਤਾਂ ਲੋਕਾਂ ਨੇ ਉਈ ਘੇਰ ਰੱਖਿਆ ਉਹ। ਅੱਛਾ, ਕਰੂ ਕੀ ਅਗਲਾ? ਅਕਾਲੀ ਦਲ ਕਹਿੰਦੇ ਅਸੀਂ ਬੜਾ ਕੰਮ ਕੀਤਾ, ਕਹਿੰਦੇ ਬਹੁਤ ਕੰਮ ਕਰਾਇਆ। ਅਕਾਲੀ ਦਲ ਨੇ ਲੌੜਾ ਕਰਿਆ ਕੰਮ, ਭੈਣ ਦੇ ਯਾਰ ਨਾਲ ਚਿੱਟਾ ਪਾੜਤਾ, ਹੋਰ ਦੱਸ ਕੀ ਕਰੂ ਇਹ? ਕਾਂਗਰਸ ਕਹਿੰਦੀ ਅਸੀਂ ਬੜਾ ਕੰਮ ਕੀਤਾ, ਕਹਿੰਦੇ ਨਾ ਕਾਂਗਰਸ ਨੇ ਕਰਿਆ, ਕੁਛ ਨਹੀਂ ਕਰਿਆ ਕਾਂਗਰਸ ਨੇ, ਨਾ ਅਕਾਲੀ ਦਲ ਨੇ ਕਰਿਆ, 10 ਸਾਲ ਕਰ ਗਿਆ, ਕੀ ਕਰ ਗਿਆ ਬਦਲ, ਚਿੱਟਾ ਪਾੜ ਕੇ ਧਰ ਗਏ। ਮੁੱਦੇ ਕੀ ਨੇ ਪੰਜਾਬ ਦੇ, ਕੀ ਲੱਗਦਾ ਕਿਹੜੇ ਮੁੱਦੇ ਨੇ ਜਿਹੜੇ ਜਿਸ ਕਰਕੇ ਜਿਹੜਾ ਤੁਸੀਂ ਉਮੀਦਵਾਰ ਨੂੰ ਜਿਤਾਓਗੇ, ਕਿਉਂਕਿ MP ਦੀਆਂ ਵੋਟਾਂ ਨੇ? ਨੌਕਰੀ ਲਵਾ ਤੇ ਥੋੜ੍ਹੇ 6 ਕੁੜੀਆਂ ਜੱਜ ਬਣਾਤੀਆਂ, ਪੰਜਾਬ 'ਚ ਹੋਰ ਕੀ ਚਾਹੀਦਾ? ਆਪਣੇ ਕੋਈ ਪੰਜਾਬ 'ਚ ਜੱਜ ਬਣਿਆ ਜੀ ਕੋਈ ਅੱਜ ਕੱਲ੍ਹ? ਇਹਨੇ 6 ਕੁੜੀਆਂ ਸਿੱਧੀਆਂ ਭਰਤੀ ਕਰਤੀਆਂ, ਹੋਰ ਦੱਸ ਕੀ ਚਾਹੀਦਾ? ਠੀਕ ਹੈ, ਨੌਕਰੀਆਂ ਲਵਾਈ ਜਾਂਦਾ, ਜਿੰਨੇ ਯੋਗ ਰਹੇਗਾ ਕਰੀ ਜਾਂਦਾ ਉਹ, ਹੋਰ ਨਹੀਂ। ਜਿਹੜਾ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਲੋਕ ਬਾਈ ਜੀ ਮੌਜੂਦ ਨੇ, ਅਤੇ ਕੀ ਲੱਗਦਾ ਇਸ ਵਾਰ ਹਵਾ ਕਿੱਧਰ ਦੀ ਹੈ, ਕੀ ਲੱਗਦਾ ਤੁਹਾਨੂੰ ਇਸ ਵਾਰ MP ਦੀਆਂ ਚੋਣਾਂ ਨੇ ਆਵਾਜ਼ ਕੀ ਆ ਰਹੀ? ਕਾਂਗਰਸ ਦੀ ਹੈ, ਕਾਂਗਰਸ ਦੀ। ਕਿਉਂ, ਕਿਸ ਤਰ੍ਹਾਂ ਕਾਂਗਰਸ ਦੀ ਕਿਵੇਂ ਹੈ? ਅਕਾਲੀਆਂ ਨੂੰ ਨਹੀਂ ਪਸੰਦ ਕਰਦੇ, ਆਮ ਆਦਮੀ ਨੇ ਐਤਕੀ ਤੁਹਾਨੂੰ ਪਤਾ ਹੀ ਆ ਜਿਹੜੇ ਵਾਅਦੇ ਵੂਦੇ ਕੀਤੇ ਨੇ, ਉਹ ਜਨਾਨੀ ਵਾਲਾ 1000 ਰੁਪਏ ਵਾਲਾ ਚੱਕਰ ਪਾਈ ਜਾਂਦਾ ਬਹੁਤ ਜ਼ਿਆਦਾ। ਅੱਛਾ, ਕਹਿੰਦੇ ਵੀ ਜਿਹੜਾ ਕੁਛ ਕਿਹਾ ਉਹ ਤਾਂ ਕਰੋ। ਪਰ ਕਾਂਗਰਸ ਕਹਿੰਦੀ ਅਸੀਂ ਬੜੇ ਕੰਮ ਕੀਤੇ ਨੇ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਤਾਂ ਕਹਿੰਦੇ ਝੜੀਆਂ ਲਾਤੀਆਂ। ਹੁਣ ਆਪਦੇ ਆਪ ਨੂੰ ਕੋਈ ਮਾੜਾ ਥੋੜਾ ਕਹਿੰਦਾ ਹੁੰਦਾ ਜੀ? ਆਪਦੇ ਹੁੰਦਾ ਮੈਂ ਵੀ ਨਹੀਂ ਮਾੜਾ ਕਹਿੰਦਾ, ਚਾਹੇ ਮੈਂ ਚੋਰੀ ਕਰਕੇ, ਮੈਂ ਚੋਰੀ ਜਾਂ ਤੜੋ ਕਿ ਮੈਂ ਚੋਰੀ ਕਰੀ ਆ, ਕੋਈ ਨਹੀਂ ਕਰਦਾ ਚੋਰੀ। ਓਕੇ, ਪਤਾ ਗੱਲ ਕੀ ਆ ਵੀ ਆਮ ਆਦਮੀ ਨੇ ਜਿਹੜੇ ਵਾਅਦੇ ਕੀਤੇ ਸੀ, ਕਹਿੰਦਾ 1000 ਰੁਪਏ ਜਿਹੜੇ ਮਹੀਨੇ ਵਾਲਾ, ਇਹੀ ਬਹੁਤ ਬੜਾ ਮੁੱਦਾ, ਜਨਾਨੀਆਂ ਦਾ ਪੰਚ ਲਾ ਦਿੰਦੀਆਂ ਗੱਲ, ਜਨਾਨੀ ਦੇ ਮਨ 'ਤੇ ਲੱਗਦੀ ਹੈ ਗੱਲ। ਹਾਂ,
ਚਿੱਟਾ ਬਹੁਤ ਬੇੜਾ ਗਰਕ ਕਰ ਗਿਆ ਲੋਕਾਂ ਦਾ। ਮੁੱਦੇ ਕੀ ਨੇ ਪੰਜਾਬ ਦੇ ਬਾਈ, ਕਿਸ ਤਰ੍ਹਾਂ ਲੱਗਦਾ? ਕਿਉਂਕਿ ਤੁਸੀਂ ਮੈਨੂੰ ਲੱਗਦਾ ਕਿਸਾਨੀ ਦਾ ਪਰਨਾ ਪਾ ਪਿਆ, ਕਿਸਾਨ ਪਰ ਕਿਸਾਨ ਪ੍ਰਤੀ ਜਦੋਂ ਜੁੜੇ ਹੋਏ ਹੋ, ਕੀ ਲੱਗਦਾ ਭਾਅ ਜੀ ਮੁੱਦੇ ਕੀ ਨੇ? ਵਾਹ ਪੈਂਦਾ ਕਿ ਨਹੀਂ ਜੀ? ਅੱਛਾ, ਇਹ ਕਿਸਾਨਾਂ ਦੇ ਮੁੱਦੇ ਕੀ ਨੇ? ਤੈਨੂੰ ਲੱਗਦਾ ਵੀ ਹੱਲ ਹੋਣਗੇ ਮੁੱਦੇ? ਤਾਂ ਆਹੀ ਨੇ ਜ਼ਿਆਦਾ, ਆਹ ਬੋਰੀਆਂ ਦੇਖ ਲਓ ਪਹਿਲਾਂ ਕਿੰਨੀਆਂ ਪਈਆਂ ਨੇ। ਅੱਛਾ, ਬੋਰੀ ਨਹੀਂ ਚੱਕੀਆਂ ਜਾਂਦੀਆਂ, ਪਹਿਲਾਂ ਮਾਲ ਨਹੀਂ ਚੱਕਿਆ ਵਿਕਦਾ ਛੇਤੀ, ਹੁਣ ਬੋਰੀ ਨਹੀਂ ਚੱਕੀ ਜਾਂਦੀਆਂ। ਗਲ ਤਾਂ ਇਹ ਕਿਸਾਨਾਂ ਦਾ ਨੁਕਸਾਨ ਆ, ਝਾੜ ਦਿੰਦਾ ਨੁਕਸਾਨ, ਨੁਕਸਾਨ ਤਾਂ ਆੜਤੀਆਂ ਦਾ ਹੋਊਗਾ, ਨੁਕਸਾਨ ਕਿਸਾਨਾਂ ਦੇ ਵਿੱਚ ਹੀ ਆ। ਬਿਲਕੁਲ ਜੀ, ਲੱਗਦਾ ਤੁਹਾਨੂੰ ਕਿਸੇ ਜਿਸ ਤਰ੍ਹਾਂ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਸਰਕਾਰਾਂ ਵੱਲੋਂ, ਆਮ ਆਦਮੀ ਪਾਰਟੀ ਆਪਣਾ ਦਾਅਵਾ ਕਰ ਰਹੀ ਹੈ, ਅਕਾਲੀ ਦਲ ਆਪਣਾ, ਪਾਰਟੀ ਤਾਂ ਬੇਕਾਰ ਹੋ ਗਿਆ ਕੰਮ, ਜਿਵੇਂ ਵੀ ਫਸਲ ਸਹੀ ਭੁਗਤੀ ਉਨੀ ਨਾ ਜੀਰੀ ਨਾ ਕਣਕ। ਅੱਛਾ, ਦੋਈ ਸੀ ਨਾ ਹੋਈਆਂ ਨੇ ਪਹਿਲਾਂ ਤਾਂ ਹੁੰਦਾ ਸੀ ਜਦੋਂ ਅਕਾਲੀ ਸਰਕਾਰ ਹੁੰਦੀ ਜਾਂ ਕਾਂਗਰਸ ਦੀ ਸਰਕਾਰ ਹੁੰਦੀ ਸੀ। ਅਸੀਂ ਹਾਂ ਭਗਵੰਤ ਮਾਨ ਬਾਰੇ ਵੀ ਹਾਂ ਵਧੀਆ ਕੰਮ ਕਰੂਗਾ, ਦੇਸੀ ਜਿਹਾ ਬੰਦਾ ਇਹ, ਦੇਸੀ ਕੰਮ ਕਰੂਗਾ, ਇਹ ਮਾਂ ਦਾ ਪੁੱਤ ਕਹਿੰਦਾ ਕੁਛ ਹੋਰ ਆ, ਕਰਦਾ ਕੁਛ ਹੋਰ ਆ, ਕਹਿੰਦੇ ਬਾਈ ਇਹ ਤਾਂ ਕੁਛ ਨਹੀਂ ਆ ਇਹਦਾ। ਤਾਂ ਭਾਅ ਜੀ ਤੁਸੀਂ ਕੀ ਕਹਿਣਾ, ਤੁਸੀਂ ਆਪਣੇ ਵਿਚਾਰ ਦਿਓ ਬਾਈ, ਕੀ ਕੰਮ ਕਰਦੇ ਪਹਿਲਾਂ ਦੱਸੋ। ਦੇਖੋ ਜੀ, ਅਸੀਂ ਵੀ ਆੜਤੀ ਦੇ ਸਟਾਫ ਮੈਂਬਰ ਹੀ ਹਾਂ। ਅੱਛਾ, ਠੀਕ ਹੈ ਜੀ। ਬਾਕੀ ਅਸੀਂ ਜ਼ਿਆਦਾਤਰ ਕਿਸਾਨੀ ਨਾਲ ਜੁੜੇ ਹੋਏ ਹਾਂ। ਜੋ ਗੌਰਮੈਂਟਾਂ ਨੂੰ ਕਿਸਾਨ ਬਾਰੇ ਸੋਚਣਾ ਚਾਹੀਦਾ, ਉਸ 'ਤੇ ਧਿਆਨ ਨਹੀਂ ਆ ਗੌਰਮੈਂਟਾਂ ਦਾ। ਪਰ ਗੌਰਮੈਂਟ ਕਹਿੰਦਾ ਜੀ ਕਿਸਾਨਾਂ ਪ੍ਰਤੀ ਬਹੁਤ, ਕਹਿੰਦੇ ਤਾਂ ਸਾਰੇ ਹੀ ਆ ਜੀ, ਕੋਈ ਇਹ ਗੱਲ ਨਹੀਂ ਕਹਿੰਦਾ ਮੈਂ ਇਹ ਕੰਮ ਨਹੀਂ ਕੀਤਾ, ਐਂ ਕਹਿਣਗੇ ਮੈਂ ਸਾਰੇ ਕੰਮ ਕੀਤੇ ਆ, ਠੀਕ ਹੈ ਨਾ ਜੀ। ਕੋਈ ਵੀ ਕੰਮ ਇਹ ਨਹੀਂ ਕਹਿੰਦਾ। ਆਹ ਹਾਈਵੇ ਬਣਿਆ ਨੂੰ ਕਿੰਨਾ ਟਾਈਮ ਹੋ ਗਿਆ ਹੋਵੇਗਾ, ਹਾਈਵੇ ਬਣਿਆ ਨੂੰ ਕਿੰਨਾ ਟਾਈਮ ਹੋਵੇਗਾ, ਜੇ ਇੱਕ ਵੀ ਬੂਟਾ ਕਿਸੇ ਗੌਰਮੈਂਟ ਨੇ ਆ ਕੇ ਲਗਾਇਆ ਹੋਵੇ ਇਸ ਹਾਈਵੇ 'ਤੇ, ਮੈਨੂੰ ਸਾਬਿਤ ਕਰ ਦੇ। ਭਗਵੰਤ ਮਾਨ ਕਹਿੰਦੇ ਆ ਰੋਡ ਤੋਂ ਜਾਂਦਾ ਟੋਲ ਪਲਾਜ਼ਾ ਸੀ ਨਾ, ਅਸੀਂ ਬੰਦ ਕਰਵਾ ਤਾ, ਕਹਿੰਦੇ ਟੋਲ ਪਲਾਜ਼ਾ ਤਾਂ ਦੇਖ ਐਜ਼ ਏ ਰੂਲ ਜੇ ਬੰਦ ਵੀ ਕਰਾਤਾ, ਐਜ਼ ਏ ਰੂਲ ਜੇ ਬੰਦ ਕਰਾਤਾ ਚਲੋ ਅਸੀਂ ਧੰਨਵਾਦ ਕਰਦੇ ਹਾਂ, ਐਜ਼ ਏ ਰੂਲ ਅਗਰ ਜੇ ਬੰਦ ਹੋ ਗਿਆ ਕਿਸੇ ਚੀਜ਼ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਇਸ ਗੱਲ 'ਤੇ, ਪਰ ਅਗਰ ਜੇ ਟਾਈਮ ਤੋਂ ਪੇੜ ਤੋਂ ਜ਼ਿਆਦਾ ਕੋਈ ਚੀਜ਼ ਰੱਖੇਗੀ ਉਹਨੂੰ ਹਟਾ ਤਾ, ਉਹ ਆਪਣਾ CM ਸਾਹਿਬ ਦਾ ਧੰਨਵਾਦ। ਕੀ ਲੱਗਦਾ ਵੀ ਕਿਹੜੇ ਮੁੱਦੇ ਹੋਣੇ ਚਾਹੀਦੇ? ਕਹਿੰਦਾ ਲੱਗਦਾ ਵੀ ਸਰਕਾਰਾਂ ਜਿਹੜੀਆਂ ਮੁੱਦੇ ਤਾਂ ਗਰਾਊਂਡ ਲੈਵਲ 'ਤੇ ਇਹੀ ਹੈ, ਦੇਖੋ ਮੰਡੀਆਂ ਦਾ ਇਹ ਹਾਲ ਹੋਇਆ ਪਿਆ, ਮਾੜਾ ਜਿਹਾ ਕੈਮਰਾ ਮੰਡੀਆਂ ਵੱਲ ਘੁਮਾਓ, ਹਾਈਵੇ 'ਤੇ ਮੰਡੀ ਹੈ, ਹਾਈਵੇ 'ਤੇ ਤਾਂ ਹਰ ਮਿਨਿਸਟਰ ਦੀ ਨਿਗਾਹ ਪੈਂਦੀ ਹੈ ਨਾ, ਇੱਥੇ ਹਰ ਮਿਨਿਸਟਰ ਲੰਘਦਾ, ਛੋਟੇ ਤੋਂ ਲੈ ਕੇ ਵੱਡੇ ਤੋਂ ਲੈ ਕੇ, ਛੋਟੇ ਅਫਸਰ ਤੋਂ ਲੈ ਕੇ ਵੱਡੇ ਅਫਸਰ ਤੋਂ ਲੈ ਕੇ, ਠੀਕ ਹੈ ਜੀ। ਹਾਈਵੇ 'ਤੇ ਮੰਡੀ ਹੋਣ ਦੇ ਬਾਵਜੂਦ ਮੰਡੀ ਦੀ ਫੈਸਿਲਿਟੀਆਂ ਦੇਖ ਲਓ ਕੀ ਹੈ, ਅਤੇ ਇੱਥੇ ਦਾ ਪ੍ਰਸ਼ਾਸਨ ਦਾ ਸਿਸਟਮ ਦੇਖ ਲਓ ਕੀ ਹੈ, ਤੁਹਾਨੂੰ ਸਾਹਮਣੇ ਪਤਾ ਲੱਗ ਜਾਏਗਾ, ਠੀਕ ਹੈ, ਕਲੀਅਰ ਹੋ ਜਾਏਗਾ ਗੱਲ ਵੀ ਮੰਡੀ ਗੌਰਮੈਂਟ ਦੇ ਕੰਮ ਕੀ ਹੋ ਰਹੇ ਆ। ਕਿਆ ਹੁਣ ਤੱਕ ਇਹ ਮਾਲ ਨਹੀਂ ਉੱਠਣਾ ਚਾਹੀਦਾ ਸੀਗਾ? ਤੁਸੀਂ ਦੱਸੋ ਕੀ ਦਿੱਕਤ ਕੀ ਆ ਰਹੀ ਹੈ ਬਾਈ, ਕੀ ਦਿੱਕਤ ਆ ਰਹੀ ਹੈ? ਵਜਨ ਬੜਾ ਘੱਟ ਰਿਹਾ ਜੀ, ਮਹੀਨਾ ਹੋ ਗਿਆ ਭਰੀ ਨੂੰ ਕਣਕ, ਜਿਹੜੇ 24 ਘੰਟੇ ਦੇ ਵਿੱਚ ਚੱਕਣ ਦਾ ਉਹ ਹੁੰਦਾ ਇਹਨਾਂ ਦਾ ਟਾਈਮ ਟੇਬਲ ਜਾ, ਅਤੇ ਹੁਣ ਦੇਖ ਲਾ 15-20 ਦਿਨ ਹੋ ਗਏ ਕਣਕ ਭਰੀ ਨੂੰ, ਵੇਟ ਘੱਟ ਰਿਹਾ, ਧੁੱਪ 'ਚ ਘਟੂਗੀ ਵੇਟ। ਅਤੇ ਹੁਣ ਹੁਣ ਮਾਹੌਲ ਇਲੈਕਸ਼ਨ ਦਾ, ਕੋਈ ਲੀਡਰ ਲੂਡਰ ਆਇਆ ਮੰਗਣਾ? ਕੋਈ ਇੱਥੇ ਕੋਈ ਗੱਲਬਾਤ ਨਹੀਂ ਜੀ, ਕੋਈ ਗੱਲਬਾਤ ਨਹੀਂ ਹੈ, ਨਾ ਕੋਈ ਲੀਡਰ ਦੀ ਨਾ ਕੋਈ ਵਾਸਤਾ, ਇਹ ਤਾਂ ਬੁਰਾ ਹਾਲ ਹੀ ਹੈ ਜੀ। ਕੀ ਹੋ ਗਿਆ? ਰੈਲੀਆਂ ਵਾਸਤੇ ਸਾਡੀ ਜ਼ਰੂਰ ਬਣਵਾ ਤਾ ਜੀ। ਅੱਛਾ, ਹਾਂ ਚਿੱਟਾ ਹੱਥੀ ਆ। ਹਾਂ, ਉਦੋਂ ਬਾਅਦ 'ਚ ਕੋਈ ਨਹੀਂ ਆਉਂਦਾ, ਕੋਈ ਕੁਛ ਨਹੀਂ ਕਰਦਾ ਹੈਗਾ। ਸਰਕਾਰਾਂ ਬੜੇ ਦਾਅਵੇ ਕਰ ਰਹੇ, ਕਹਿੰਦੇ ਅਸੀਂ ਨੌਕਰੀਆਂ ਦੇ ਤੀਆਂ, ਘਰ ਘਰ ਨੌਕਰੀ ਵੰਡਤੀ, ਨੌਜਵਾਨਾਂ ਨੂੰ ਰੁਜ਼ਗਾਰ ਦੇ ਤਾ, ਕਹਿੰਦਾ ਸਰ ਜੀ ਨੌਕਰੀਆਂ ਕਿੱਥੇ ਆ ਗਏ ਨੇ, ਕਿੱਥੇ ਦੇ ਤੀਆਂ? ਤੁਸੀਂ ਪਿੰਡਾਂ 'ਚ ਫਿਰ ਕੇ ਦੇਖੋ, ਕੱਡੇ ਕੱਡੇ ਜਵਾਨ ਫਿਰਦੇ ਨੇ, 40-40 ਸਾਲ ਦੀ 35-35 ਸਾਲ ਦੇ ਫਿਰਦੇ ਨੇ, ਦਾੜੀਆਂ ਵੀ ਥੱਲੇ ਤੱਕ ਆਈ ਐਵੇਂ ਨੇ, ਕਿਸੇ ਨੂੰ ਨੌਕਰੀ ਨਹੀਂ ਮਿਲੀ ਹੈਗੀ, ਉਹਨੇ ਝੂਠੇ ਦਾਅਵੇ ਨੇ। ਸਰਕਾਰਾਂ ਦਾਅਵੇ ਕਿਉਂ ਕਰਦੀਆਂ ਨੇ? ਕੀ ਲੱਗਦਾ ਹਰ ਚੋਣਾਂ ਦੇ ਵਿੱਚ ਦਾਅਵੇ ਕੀਤੇ ਜਾਂਦੇ ਨੇ? ਦਾਅਵੇ ਨੇ ਜੀ, ਇਹਨਾਂ ਦੇ ਸਾਰੀਆਂ ਸਰਕਾਰਾਂ ਕਰਦੀਆਂ ਨੇ ਦਾਅਵੇ, ਚਾਹੇ ਕਾਂਗਰਸ ਆ, ਚਾਹੇ ਅਕਾਲੀ ਆ, ਚਾਹੇ ਝਾੜੂ ਵਾਲੇ ਨੇ, ਸਭ ਦੇ ਵਾਅਦੇ ਨੇ।
ਪੂਰਾ ਕਿਸੇ ਦਾ ਨਹੀਂ ਹੁੰਦਾ ਹੈਗਾ, ਨਹੀਂ ਪੂਰਾ ਕਿਸੇ ਦਾ ਨਹੀਂ। ਕੀ ਮੁੱਦਾ ਕੀ ਹੋਣਾ ਚਾਹੁੰਦੇ, ਕੀ ਕਰਨਾ ਚਾਹੀਦਾ ਸਰਕਾਰਾਂ ਨੂੰ, ਕੀ ਕਰਨਾ ਚਾਹੀਦਾ ਜਿਹੜਾ ਉਮੀਦਵਾਰ ਹੁੰਦੇ ਨੇ ਤੁਹਾਡੇ ਕੋਲ ਆਉਂਦੇ ਨੇ ਵੋਟਾਂ ਮੰਗੀਆਂ ਜਾਂਦੇ ਨੇ, ਫਿਰ ਤੁਸੀਂ ਕੋਈ ਗੱਲਬਾਤ ਕਰਦੇ ਹੋ ਵੀ ਆਹ ਚੀਜ਼ ਕਰਾਓ, ਕੀ ਕਰਾਉਣਾ ਚਾਹੀਦਾ ਉਹਨਾਂ ਨੂੰ? ਸਰ ਜੀ ਜਿਹੜੇ ਵਾਅਦੇ ਕਰਦੇ ਨੇ ਉਹ ਆਪਣੇ ਪੂਰੇ ਕਰਨ, ਟਾਈਮ 'ਤੇ ਕਰਨ। ਕਹਿੰਦੀਆਂ ਕੁਛ ਨੇ, ਕਰਦੀਆਂ ਕੁਛ ਨੇ। 10 ਵਾਅਦੇ ਹੁੰਦੇ ਨੇ, 10 'ਚੋਂ 3 ਪੂਰੇ ਹੁੰਦੇ ਨੇ, 7 'ਚੋਂ ਫਰਜ਼ੀ ਹੁੰਦੇ ਨੇ। ਬਸ ਆਹੀ ਕੰਮ ਆ ਜੀ, ਹੋਰ ਕੀ ਆ। ਵੀ ਜਿਹੜੇ ਲੀਡਰ ਨੇ ਵੋਟਾਂ 'ਚ ਖੜ੍ਹਦੇ ਨੇ, ਉਹ ਕਿਹੜਾ ਕੈਨੇਡਾ ਅਮਰੀਕਾ ਤੋਂ ਆਉਂਦੇ ਨੇ? ਉਹ ਵੀ ਤਾਂ ਸਾਰਿਆਂ ਨੂੰ ਪਤਾ ਹੁੰਦਾ ਕੀ ਘਾਟਾ ਨੇ ਕੀ ਵਾਧਾਂ ਨੇ। ਹਾਂ, ਜਿਹੜਾ ਚਿੱਟੇ ਨੇ ਤਾਂ ਦੁਨੀਆ ਮਾਰ ਰੱਖੀ ਆ, ਕੋਈ ਹੋਰ ਨਸ਼ਾ ਜਿਹੜਾ ਆ ਡੋਡੇ ਭੁੱਕੀ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ 'ਚ, ਸਭ ਤੋਂ ਵੱਡੀ ਤਾਂ ਇਹ ਕੀ। ਭਗਵੰਤ ਮਾਨ ਕਹਿੰਦਾ ਮੈਂ ਤਾਂ ਨਸ਼ਾ ਬੰਦ ਕਰਤਾ, ਕਹਿੰਦਾ ਨਸ਼ਾ ਕਿੱਥੋਂ ਬੰਦ ਕਰਤਾ, ਨਸ਼ਾ ਤਿੱਗਣਾ ਚੌਗਣਾ ਹੋ ਗਿਆ ਜੀ ਹੋਰ। ਚੋਣਾਂ ਦਾ ਮਾਹੌਲ ਹੈ, ਅਖਾੜਾ ਪੱਕਿਆ ਹੋਇਆ, ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਆਪਣੇ ਪੱਧਰ 'ਤੇ ਪ੍ਰਚਾਰ ਕਰ ਰਹੀਆਂ ਨੇ। ਪਿੰਡਾਂ ਦੇ ਵਿੱਚ ਕੀ ਮਾਹੌਲ ਹੈ, ਕਿ ਬਾਕੀ ਉਮੀਦਵਾਰ ਜਿਹੜੇ ਪਿੰਡਾਂ ਦੇ ਵਿੱਚ ਵੋਟ ਮੰਗਣ ਵਾਸਤੇ ਆਏ ਨੇ, ਕਿਉਂਕਿ ਦਾਅਵਾ ਅਤੇ ਵਾਅਦੇ ਬੜੇ ਕੀਤੇ ਜਾਂਦੇ ਨੇ, ਤਾਂ ਪਿੰਡਾਂ ਦੀ ਸੱਥ ਹੈ, ਜਿੱਥੇ ਕਿ ਪਿੰਡਾਂ ਦੀ ਸੱਥ ਦੇ ਵਿੱਚ ਲੋਕ ਮੌਜੂਦ ਹੁੰਦੇ ਨੇ, ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ, ਤਾਂ ਇੱਥੋਂ ਹੀ ਸਰਕਾਰਾਂ ਚੱਲਦੀਆਂ ਨੇ, ਕਿਉਂਕਿ ਇਹਨਾਂ ਦੀ ਵੋਟਾਂ ਦੇ ਨਾਲ ਹੀ ਜਿਹੜੇ ਨੇ ਉਹ MP ਚੁਣੇ ਜਾਂਦੇ ਨੇ, MLA ਚੁਣੇ ਜਾਂਦੇ ਨੇ, ਅਤੇ ਸਰਕਾਰਾਂ ਬਣਦੀਆਂ ਨੇ। ਸੋ ਅਸੀਂ ਜਿਹੜੇ ਪਿੰਡਾਂ ਦੀ ਸੱਥ ਦੇ ਵਿੱਚ ਮੌਜੂਦ ਨੇ, ਉਹਨਾਂ ਨਾਲ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਦੱਸੋ, ਚੋਣਾਂ ਦਾ ਮਾਹੌਲ ਹੈ, ਕਿ ਮੁੱਦੇ ਕੀ ਨੇ ਤੁਹਾਡੇ ਪਿੰਡ ਦੇ? ਮੁੱਦੇ ਤਾਂ ਦੇਖੋ ਜੀ, ਉਹੀ ਪਹਿਲਾਂ ਵਾਲੇ ਹੁੰਦੇ ਆ, ਜਿਹੜੇ ਹੈਗੇ ਲੋਕਾਂ ਦੀਆਂ ਛੋਟੀਆਂ ਛੋਟੀਆਂ ਪ੍ਰੋਬਲਮਾਂ ਹੁੰਦੀਆਂ ਨੇ, ਉਹਦੇ ਵਿੱਚ ਸਰਕਾਰਾਂ ਕੋਈ ਵੀ ਆ ਜਾਂਦੀਆਂ ਨੇ, ਪ੍ਰੋਪਰ ਉਹ ਧਿਆਨ ਨਹੀਂ ਦਿੰਦੀਆਂ। ਵੋਟਾਂ ਦੇ ਟਾਈਮ 'ਚ ਥੋੜ੍ਹਾ ਜਿਹਾ ਟਾਈਮ ਧਿਆਨ ਦਿੰਦੀਆਂ ਨੇ, ਫਿਰ ਭੁੱਲ ਜਾਂਦੇ ਨੇ। ਮੁੱਦੇ ਤਾਂ ਹੁਣ ਬਹੁਤ ਵੱਡੇ ਨੇ, ਕਈ ਤਾਂ ਜਿਹੜੇ ਦੱਸਾਂਗੇ ਹੁਣ। ਪਾਣੀ ਦਾ ਮੁੱਦਾ ਦੇਖੋ, ਪਾਣੀ ਬਹੁਤ ਘੱਟ ਆ ਜ਼ਮੀਨਾਂ ਵਾਸਤੇ, ਪ੍ਰਦੂਸ਼ਣ ਦਾ ਮੁੱਦਾ ਜੀ ਜੀ, ਅਤੇ ਹੋਰ ਮਤਲਬ ਲੋਕਾਂ ਦੀਆਂ ਡਿਮਾਂਡਸ ਬਹੁਤ ਨੇ ਜਿਹੜੀਆਂ ਨੇ ਨਹੀਂ ਪੂਰੀਆਂ ਹੋ ਰਹੀਆਂ, ਅਤੇ ਮਤਲਬ ਸਰਕਾਰ ਪ੍ਰੋਪਰ ਉਹਨਾਂ ਧਿਆਨ ਦਿੰਦੀ ਨਹੀਂ ਜਿੰਨਾ ਹੋਣਾ ਚਾਹੀਦਾ। ਪਰ ਇਸ ਵਾਰ ਵੋਟਾਂ 'ਚ ਕੋਈ ਲੋਕਾਂ 'ਚ ਵੀ ਉਤਸ਼ਾਹ ਨਹੀਂ ਹੈ, ਅਤੇ ਲੀਡਰ ਵੀ ਹਜੇ ਤੱਕ ਨਹੀਂ ਪਹੁੰਚੇ, ਵੀ ਕੋਈ ਵੀ ਪਾਰਟੀ ਹਜੇ ਤੱਕ ਨਹੀਂ ਪਹੁੰਚੀ ਕਿਤੇ ਵੀ, ਨੇੜੇ ਤੇੜੇ ਦੇ ਪਿੰਡਾਂ, ਸਾਡੇ ਸਾਰੇ ਪਿੰਡਾਂ 'ਚ ਕੋਈ ਨਹੀਂ ਪਹੁੰਚਿਆ ਇੱਥੇ। ਅਤੇ ਪਰ ਲੋਕ ਅੱਜ ਕੱਲ੍ਹ ਕਾਫੀ ਸਰਕਾਰਾਂ ਅਤੇ ਸਾਰੀਆਂ ਪਾਰਟੀਆਂ 'ਤੇ ਗੁੱਸੇ ਹੀ ਲੱਗਦੇ ਨੇ, ਵੀ ਕੋਈ ਦਿਲਚਸਪੀ ਨਹੀਂ ਲੈ ਰਿਹਾ ਕਿਸੇ ਪਾਸੇ ਵੀ, ਬਹੁਤ ਥੋੜ੍ਹੇ ਜਿਹੜੇ ਪਾਰਟੀਆਂ ਦੇ ਵਰਕਰ ਨੇ ਉਹ ਹੀ ਤੁਰੇ ਹੋਏ ਆ, ਬਾਕੀ ਆਮ ਪਬਲਿਕ ਹੈ ਜਿਹੜੀ ਉਹ ਤਾਂ ਬਸ ਆਪਦੇ ਕੰਮਾਂ 'ਚ ਹੀ ਜਾ ਕਰ ਰਹੀ। ਲੱਗਦਾ ਕਿ ਉਹਨੂੰ ਦਿਲਚਸਪੀ ਲੈ ਰਹੇ, ਕਿਉਂਕਿ ਤੁਹਾਨੂੰ ਲੱਗਦਾ ਕਿਉਂਕਿ ਫੇਰ ਬਦਲ ਬੜਾ ਲਗਾਤਾਰ ਹੋ ਰਿਹਾ, ਕੋਈ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾ ਰਿਹਾ, ਕੀ ਲੱਗਦਾ ਇਸ ਵਾਰ ਜਿਹੜਾ ਚੋਣਾਂ ਦੇ ਵਿੱਚ ਰੁਝਾਨ ਲੋਕਾਂ ਦਾ ਘੱਟ ਕਿਉਂ ਨਜ਼ਰ ਆ ਰਿਹਾ? ਇਹੀ ਕਾਰਨ ਹੈ ਇੱਕ ਤਾਂ ਵੀ ਜਿਹੜਾ ਪਾਰਟੀਆਂ ਬਦਲਦੇ ਨੇ ਲੀਡਰ ਨੇ ਜਿਹੜੇ, ਉਹਦੇ ਕਰਕੇ ਲੋਕ ਥੋੜ੍ਹੇ ਜਿਹੇ ਸਿਆਣੇ ਹੋ ਗਏ ਨੇ, ਵੀ ਇਹ ਤਾਂ ਸਾਨੂੰ ਬੇਵਕੂ ਬਣਾਈ ਜਾਂਦੇ ਆ। ਅਤੇ ਦੂਜੀ ਗੱਲ ਇਹ ਹੈ ਵੀ ਹਰੇਕ ਸਰਕਾਰ ਦੇ ਵਿੱਚ ਜਿਹੜੇ ਆ ਨਾ, ਵੀ ਉਹ ਵਾਅਦੇ ਕੀਤੇ ਜਾਂਦੇ ਆ, ਪਰ ਉਹਨਾਂ 'ਤੇ ਕੋਈ 15-20% ਕਰ ਦਿੰਦੇ ਆ, ਕੋਈ 10% ਕਰ ਦਿੰਦੇ ਆ, ਯਾਨੀ ਉਹ ਲੋਕਾਂ ਨਾਲ ਵਾਅਦੇ ਉਨੇ ਹੀ ਕਰਨੇ ਚਾਹੀਦੇ ਜਿੰਨੇ ਕੁ ਅਸੀਂ ਨਿਭਾ ਸਕੀਏ। ਤੁਹਾਡੇ ਪਿੰਡ ਦੀ ਗੱਲ ਕੀਤੀ ਆ, ਕੋਈ ਵਾਅਦਾ ਪੂਰਾ ਹੋਇਆ ਜਿਹੜਾ ਸਰਕਾਰਾਂ ਨੇ ਕੀਤਾ ਹੋਇਆ, ਜਾਂ ਫਿਰ ਅਧੂਰੇ ਪਏ ਨੇ ਉਹ ਵਾਅਦੇ? ਦੇਖੋ ਜੀ, ਸਰਕਾਰਾਂ ਨੇ ਉਹ ਰੂਟੀਨ ਜਿਹੜੇ ਕੰਮ ਹੋਈ ਜਾਂਦੇ ਆ, ਉਹ ਤਾਂ ਪੰਚਾਇਤਾਂ ਜਾਂ ਸਰਪੰਚ ਨੇ ਜਿਹੜੇ ਉੱਦਾਂ ਉਨੇ ਕੰਮ ਕਰੀ ਜਾਂਦੇ ਆ, ਲੋਕ ਵੀ ਆਪਦੇ ਮਿਲਵਰਤਨ ਦੇ ਨਾਲ ਭਾਈਚਾਰੇ ਨਾਲ ਕੰਮ ਕਰੀ ਜਾਂਦੇ ਆ। ਸਰਕਾਰਾਂ ਉਨਾ ਸਮਾਂ ਨਹੀਂ ਕੱਢਦੀਆਂ ਜਿੰਨਾ ਸਾਡੇ ਮੰਤਰੀ MLA ਸਾਹਿਬਾਂ ਨੂੰ ਕੱਢਣਾ ਚਾਹੀਦਾ, ਨਹੀਂ ਕੱਢਦੇ ਉਨਾ। ਸਿਰਫ ਚੋਣਾਂ ਵੇਲੇ ਜਿਹੜਾ ਦਾਅਵੇ ਕੀਤੇ ਜਾਂਦੇ ਨੇ, ਜਿਸ ਤੋਂ ਪਹਿਲਾਂ ਵੀ ਤੁਹਾਨੂੰ ਲੱਗਦਾ ਜੋ ਦਾਅਵੇ ਹੁੰਦੇ ਨੇ ਜਾਂ ਫਿਰ ਉਹ ਖੋਖਲੇ ਸਾਬਤ ਹੁੰਦੇ ਨੇ, ਜਾਂ ਬਾਕੀ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਗੱਲਾਂ ਵੀ ਹੁੰਦੀਆਂ ਨੇ, ਬਾਕੀ ਵੀ ਇਹ ਸਰਕਾਰ ਨੇ ਆ ਵਾਅਦਾ ਅਤੇ ਦਾਅਵਾ ਕੀਤਾ ਕਿ ਆਹ ਪੂਰਾ ਕਰ ਦਿੱਤਾ ਗਿਆ? ਬਸ ਇਹ ਤੁਹਾਡੇ ਸਾਹਮਣੇ ਸਾਰੇ ਪਿੰਡਾਂ ਦਾ ਇਹੀ ਰੁਝਾਨ ਆ ਵੀ ਜਿਹੜੇ ਲੀਡਰ ਨੇ ਸਾਡੇ ਉਹਨੇ ਮਤਲਬ ਕੰਮ ਨਹੀਂ ਕਰ ਪਾਉਂਦੇ, ਜਿਹੜੀ ਵਾਰ ਵਾਰ ਇਹੀ ਗੱਲ ਸਾਰੇ ਪੰਜਾਬ 'ਚ, ਹਰਿਆਣੇ 'ਚ, ਤਕਰੀਬਨ ਮੈਂ ਤਾਂ ਕਹਾਂ ਦੇਸ਼ 'ਚ ਵੀ ਇੱਦਾਂ ਦੀ ਗੱਲ ਹੈ ਵੀ ਉਹਨਾਂ ਪਰ ਮਤਲਬ ਸਹੀ ਜਿੰਨੇ ਵਾਅਦੇ ਹੁੰਦੇ ਆ ਨਾ, ਉਹਨੇ ਨਹੀਂ ਮਤਲਬ ਪੂਰੇ ਕੀਤੇ ਜਾਂਦੇ, ਵਾਅਦੇ ਕਰਨੇ ਉਨੇ ਚਾਹੀਦੇ ਜਿੰਨੇ ਹੋ ਜਾਣ। ਤੁਹਾਡੇ ਪਿੰਡ ਦੀ ਗੱਲ ਕੀਤੀ ਜਾਵੇ, ਕੀ ਜਿਹੜਾ ਕੰਮ ਕੀਤਾ ਗਿਆ ਸਰਕਾਰਾਂ ਵੱਲੋਂ, ਕਿਉਂਕਿ ਹੁਣ ਚੋਣਾਂ ਦਾ ਮਾਹੌਲ ਹੈ, ਤੁਹਾਡੇ ਕੋਲ ਰਾਜਨੀਤਿਕ ਪਾਰਟੀਆਂ ਹੱਥ ਜੋੜਨ ਵਾਸਤੇ ਆਣ ਗਿਆ ਵੀ ਸਾਨੂੰ ਵੋਟ ਦਿਓ, ਸਾਨੂੰ ਵੋਟ ਦਿਓ, ਫਿਰ ਕੀ ਕਹੋਗੇ ਉਹਨਾਂ ਨੂੰ? ਆਹ 2 ਸਾਲ ਦੇ ਵਿੱਚ ਤਾਂ ਵਿਕਾਸ ਜਮ੍ਹਾਂ ਹੀ ਹੋਏ ਨਹੀਂ, ਅਸੀਂ ਬਹੁਤ ਵੋਟਾਂ ਪਾਈਆਂ ਝਾੜੂ ਵਾਲਿਆਂ ਨੂੰ ਸਾਹਮਣੇ ਕਰਕੇ,
ਕੋਈ ਕਿਸੇ ਨੇ ਆ ਕੇ ਨਹੀਂ ਉਰੇ ਪਸਾਰ ਲਏ ਹੈਗੀ ਮੁੜ ਕੇ। ਤੇ ਕੀ ਪਿੰਡ ਦਾ ਕੀ ਕੰਮ ਕੀ ਅਧੂਰੇ ਪਏ ਨੇ ਜਿਹੜੇ ਨਹੀਂ ਹੋਏ ਤੁਹਾਡੇ? ਪਿੰਡ ਦਾ ਉਹੀ ਸਾਰੀ ਵਾਰ ਗਲੀਆਂ ਨਾਲੀ ਪੱਟੀਆਂ ਪਈਆਂ ਨੇ, ਆਹ ਦੇਖ ਕਿਵੇਂ ਟੋਏ ਪੱਟੇ ਪਏ ਨੇ, ਪੱਟ ਲਓ ਬਣਾ ਲਓ, ਸ਼ਿਵਰੇਜ ਬਣੀ ਪਈ ਆ, ਕੁਛ ਨਹੀਂ ਬਣ ਰਿਹਾ ਕੰਮ। ਜਿਹੜੇ ਕਿਸਾਨ ਅੰਦੋਲਨ ਚੱਲ ਰਿਹਾ, ਤੁਹਾਨੂੰ ਲੱਗਦਾ ਵੀ ਵਿਰੋਧ ਹੋ ਰਿਹਾ ਲਗਾਤਾਰ, ਹਰ ਇੱਕ ਪਾਰਟੀਆਂ ਦਾ ਵਿਰੋਧ ਕਰ ਰਹੇ ਨੇ, ਬੀਜੇਪੀ ਦਾ ਵੀ ਵਿਰੋਧ ਹੋ ਰਿਹਾ, ਆਮ ਆਦਮੀ ਪਾਰਟੀ ਦਾ ਵੀ ਹੋ ਰਿਹਾ, ਕਾਂਗਰਸ ਦਾ ਵੀ ਹੋ ਰਿਹਾ, ਕੀ ਲੱਗਦਾ ਵੀ ਉਹ ਕਿਸਾਨ ਜਾਇਜ਼ ਨੇ ਜਿਹੜੇ ਵਿਰੋਧ ਕਰ ਰਹੇ ਨੇ? ਕਿਸਾਨ ਜਾਇਜ਼ ਨੇ ਬਿਲਕੁਲ, ਵਿਰੋਧ ਤਾਂ ਹੋ ਰਿਹਾ, ਕੋਈ ਪਾਰਟੀ ਆ ਨਹੀਂ ਰਹੀ ਅਜੇ ਤੱਕ ਆਪਦੇ ਪਿੰਡਾਂ 'ਚ ਵੋਟਾਂ ਲੈਣ, ਅਜੇ ਕੋਈ ਨਹੀਂ ਆਇਆ ਹੈਗਾ। ਆਉਂਗੇ ਫਿਰ ਕੀ ਮੁੱਦੇ ਰੱਖੋਗੇ ਉਹਨਾਂ ਦੇ ਸਾਹਮਣੇ? ਮੁੱਦੇ ਜਿਹੜਾ ਆਪਦਾ ਸ਼ੁਭਕਰਨ ਮਰਿਆ, ਉਹਦਾ ਵੀ ਇਹਨਾਂ ਨੇ ਝਾੜੂ ਵਾਲੇ ਸਾਹਮਣੇ ਵਿੱਚ ਬੀਜੇਪੀ ਨਾਲ ਲੱਗ ਕੇ ਮਰਾਇਆ ਉਹ ਵਿਚਾਰਾ, ਇਹਨਾਂ ਨੇ ਕੋਈ ਉਹ ਨਹੀਂ ਕਰਿਆ ਹੈਗਾ, ਉੱਥੇ ਐਕਸ਼ਨ ਲਿਆ ਇਹਨਾਂ ਨੇ ਕਿ ਸਰਕਾਰ ਆ ਜਿਹੜੀ ਹੁਣ, ਇਹਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ 'ਤੇ। ਬਾਈ ਤੁਸੀਂ ਨੌਜਵਾਨ ਹੋ, ਨੌਜਵਾਨ ਹੋ ਕੇ ਕੀ ਸੋਚਦੇ, ਕਿਉਂਕਿ ਜਿਹੜਾ ਨੌਜਵਾਨ ਹੈ ਉਹ ਵਿਦੇਸ਼ਾਂ ਵੱਲ ਬੜਾ ਰੁੱਖ ਕਰ ਰਿਹਾ, ਕੀ ਲੱਗਦਾ ਕਿ ਇੱਥੇ ਰੁਜ਼ਗਾਰ ਹੈਗਾ, ਜਾਂ ਆਉਣ ਵਾਲੇ ਜਿਹੜੇ ਜਿਹੜੇ MP ਸਾਹਿਬਾਨ ਹੋਣਗੇ ਜਿੱਤ ਕੇ ਆਉਣਗੇ, ਕੀ ਉਹਨਾਂ ਵਾਸਤੇ ਕੋਈ ਰੁਜ਼ਗਾਰ ਪ੍ਰਤੀ ਕੋਈ ਕੋਈ ਗੱਲਬਾਤ ਕਰੋਗੇ ਕੋਈ? ਰੁਜ਼ਗਾਰ ਤਾਂ ਜੀ ਕੋਈ ਵੀ ਸਰਕਾਰ ਨਹੀਂ ਦੇ ਰਹੀ, ਅੱਜ ਤੋਂ ਲਾ ਲਓ ਪਿਛਲੇ ਸਾਲਾਂ ਦੇ ਵੀ ਦੇਖੀਏ ਆਪਾਂ, ਕੁਛ ਵੀ ਨਹੀਂ ਗਾ ਰੁਜ਼ਗਾਰ ਤਾਂ ਜੀ ਦੇ ਰਹੇ। ਪਰ ਸਰਕਾਰ ਤਾਂ ਕਹਿੰਦੀ ਅਸੀਂ ਨੌਕਰੀਆਂ ਨਹੀਂ ਦਿੱਤੀਆਂ ਨੇ ਬਾਈ, ਕਹਿਣ ਨੂੰ ਤਾਂ ਕਹੀ ਜਾਂਦੇ ਨੇ ਜੀ ਪ੍ਰਾਈਵੇਟ ਨੇ ਕੰਮ, ਸਰਕਾਰੀ ਤਾਂ ਕੋਈ ਰਹੀ ਨਹੀਂ ਗਾ, ਪ੍ਰਾਈਵੇਟ ਹੋ ਰਿਹਾ ਜੀ ਸਾਰਾ ਕੁਛ। ਬਾਪੂ ਜੀ ਤੁਹਾਡੀ ਕਿੰਨੀ ਉਮਰ ਹੈ? ਬਾਪੂ ਜੀ ਮੇਰੀ 70 ਸਾਲ ਦੇ ਲਵੇ। ਕਿੰਨੇ ਕੁ ਜਿਹੜੀਆਂ ਪਾਰਟੀਆਂ ਤੁਸੀਂ ਦੇਖ ਚੁੱਕੇ ਹੋ ਕਿ ਇਹ ਹਾਲਾਤ ਇਸ ਵਾਰ ਹੋਏ ਨੇ ਜਿਹੜਾ ਫੇਰ ਬਦਲ ਲਗਾਤਾਰ ਚੱਲ ਰਿਹਾ? ਕੋਈ ਨਹੀਂ ਪਾਰਟੀ ਪੋਲਟੀ ਕਰਦੇ ਸਭ ਇਹੀ ਨਾ, ਇਹੀ ਹਾਲ ਆ ਸਾਰਿਆਂ ਦਾ। ਹੋਰ ਜਿਹੜੀ ਮਰਜ਼ੀ ਪਾਰਟੀ ਆ ਜਾਏ ਸਭ ਇਹੀ ਹਾਲ ਆ ਸਾਰਿਆਂ ਦਾ। ਹੋਰ ਤੁਹਾਡੇ ਕੋਈ ਆਇਆ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ, ਕੋਈ ਲੀਡਰ ਸਾਹਿਬਾਨ ਆਏ? ਕੋਈ ਨਹੀਂ ਆਇਆ। ਇੱਥੇ ਪ੍ਰਨੀਤ ਕੌਰ ਜਿਹੜੇ ਨੇ ਉਹ ਕੈਂਡੀਡੇਟ ਨੇ, ਡਾਕਟਰ ਬਲਬੀਰ ਹੈ, NK ਸ਼ਰਮਾ ਹੈ, ਕਿ ਕੋਈ ਆਇਆ? ਡਾਕਟਰ ਗਾਂਧੀ ਵੀ ਹੈ? ਕੋਈ ਨਹੀਂ, ਕੋਈ ਵੀ ਨਹੀਂ ਆਇਆ ਨਾ, ਜਮਾ ਹੀ ਨਹੀਂ ਕੋਈ। ਹਾਲੇ ਪਹੁੰਚ ਨਹੀਂ ਸਕੇ, ਲੇਟ ਨੇ ਬਹੁਤ, 20 ਦਿਨ ਦਾ ਸਮਾਂ ਰਹਿ ਗਿਆ ਲੇਟ ਕਿਤੇ। ਹਾਂਜੀ ਬਿਲਕੁਲ, ਉਹ ਲੇਟ ਨਹੀਂ ਪਹੁੰਚੇ ਨਹੀਂ ਮਤਲਬ ਹਜੇ ਤੱਕ। ਤੁਸੀਂ ਭਾਈ ਜੀ ਕੀ ਸੋਚਦੇ ਹੋ, ਪਿੰਡ ਦੇ ਲੋਕ ਤੁਸੀਂ? ਹਾਂਜੀ ਹਾਂਜੀ। ਕੀ ਕੰਮ ਕਰਦੇ ਹੋ ਤੁਸੀਂ? ਕੰਮ ਤਾਂ ਲੱਕੜ ਦਾ ਕਰਦੇ ਹਾਂ। ਅੱਛਾ, ਕਿਵੇਂ ਚੱਲ ਰਿਹਾ ਫਿਰ, ਕੀ ਨਾਮ ਜਿਹੜਾ ਰੁਝਾਨ ਹੈ, ਜਿਹੜਾ ਚੋਣਾਂ ਚੱਲ ਹੋਣਾ ਜਾ ਰਹੀਆਂ ਨੇ, ਕੀ ਲੱਗਦਾ ਜੋ ਦਾਅਵੇ ਜੋ ਸਰਕਾਰਾਂ ਦਾ ਉਹ ਦਾਅਵੇ ਕਰਦੀ ਹੈ ਕਿ ਉਹ ਪੂਰੀਆਂ ਕਰਦੀ ਹੈ? ਮੁਸ਼ਕਿਲ ਹੀ ਲੱਗਦਾ ਜੀ ਸਾਨੂੰ ਤਾਂ, ਸਾਡੇ ਤਾਂ ਸਿਵਰੇਜ ਦਾ ਹਾਲ ਦੇਖੋ ਤੁਸੀਂ, ਆਹ ਸਿਵਰੇਜਾਂ ਸਾਰੀਆਂ ਬੰਦ ਪਈਆਂ, ਇੱਥੇ ਪਾਣੀਓ ਪਾਣੀ ਖੜਦਾ ਸੀ, ਸਾਡੇ ਕੋਈ ਪੁੱਛਦੇ ਹੀ ਨਹੀਂ, ਸਾਡਾ ਨਾਂ ਸਰਪੰਚ ਪੁੱਛੇ, ਆਹ ਦੇਖ ਲਓ ਹਾਲ ਸਾਡਾ ਪਿੰਡ ਦਾ। ਉੱਥੇ ਬਾਈ ਕੀ ਕਹਿਣਾ ਚਾਹੁੰਦੇ ਹੋ ਬਾਈ ਤੁਸੀਂ, ਜਿਹੜਾ ਚੋਣਾਂ ਆ ਰਹੀਆਂ ਨੇ, ਮਾਹੌਲ ਪੱਖਿਆ ਹੋਇਆ, ਕੀ ਲੱਗਦਾ ਪਿੰਡਾਂ ਦੇ ਵਿੱਚ ਤੁਹਾਡੇ ਖਾਸ ਤੌਰ 'ਤੇ ਆਇਆ, ਕਿ ਮਾਹੌਲ ਕੀ ਹੈ, ਕਿਉਂਕਿ ਰਾਜਨੀਤਿਕ ਪਾਰਟੀਆਂ ਦਾਵਾ ਅਤੇ ਵਾਅਦਾ ਬੜੀਆਂ ਕਰਦੀਆਂ ਨੇ, ਉਸ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅੱਜ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਇਹ ਰਾਜਨੀਤਿਕ ਪਾਰਟੀਆਂ ਨੇ ਵਾਅਦੇ ਤਾਂ ਬਹੁਤ ਕਰਦੀਆਂ ਨੇ, ਹੱਦ ਤੋਂ ਵੱਧ ਕਰਦੀਆਂ, ਪਰ ਕਰਦੀਆਂ ਕੁਛ ਨਹੀਂ ਹੈਗੀਆਂ। ਬਿਲਕੁਲ, ਕਿਉਂਕਿ ਤੁਸੀਂ ਵੋਟਾਂ ਪਾਉਣੇ ਆ, ਆਪਾਂ ਲੋਕ ਵੋਟਾਂ ਪਾਉਣੇ ਆ, ਵੋਟਾਂ ਪਾ ਕੇ ਆਪਾਂ ਬੜਾ ਪਿੰਡਾਂ 'ਚ ਭਾਈਚਾਰਾ ਖਰਾਬ ਕਰਦੇ ਹਾਂ ਵੀ ਫਲਾਣਾ ਬੰਦਾ ਐਵੇਂ ਆ, ਧਿਮਕਾ ਐਵੇਂ ਆ, ਪੁਰਾਣੀ ਪਾਰਟੀ ਐਵੇਂ ਆ, ਪਰ ਜਦੋਂ ਇਹ ਜਿੱਤ ਜਾਂਦੇ ਨੇ ਤਾਂ ਮੇਰਾ ਮੰਨਣਾ ਤਾਂ ਆ ਵੀ ਇਹ ਲੀਡਰ ਨਹੀਂ ਜਿੱਤਦੇ, ਜਾਂ ਆਪਾਂ ਕਿਸੇ ਹੋਰ ਪਾਰਟੀ ਨੂੰ ਨਹੀਂ ਹਰਾਉਂਦੇ, ਹਾਰਦੇ ਆਪਣੇ ਲੋਕ ਨੇ। ਕਿਵੇਂ? ਉਹ ਐਵੇਂ ਹਾਰਦੇ ਨੇ ਜਿਵੇਂ ਕਿ ਮੋਦੀ ਸਰਕਾਰ ਜਿੱਤ ਜੂਗੀ, ਜਾਂ ਪਹਿਲਾਂ ਰਾਜਾ ਜਿੱਤਿਆ ਸੀ, ਪਰ ਰਾਜ ਨੇ ਕੀ ਕਰਿਆ, 1 ਸਾਲ 11 ਦਿਨ ਦੀ ਸਰਕਾਰ ਛੱਡ ਕੇ ਭੱਜ ਗਿਆ, ਜਿੰਨੇ ਵਾਅਦੇ ਕਰੇ ਤੇ ਸਾਰੇ ਹੋ ਗਏ। ਹੁਣ ਤੁਸੀਂ ਦੇਖ ਲਓ ਲੀਡਰਾਂ ਨੂੰ, ਇਹ ਦੇਖ ਲਓ ਕੋਈ ਲੀਡਰ ਸਾਲ ਮਾਰ ਕੇ ਕਿਹੜੀ ਪਾਰਟੀ ਵੱਜਦਾ, ਕੋਈ ਕਿਹੜੀ ਪਾਰਟੀ ਵੱਜਦਾ। ਮੈਂ ਕਾਂਗਰਸ ਪਾਰਟੀ ਪਿੱਛੇ ਲੜਾਂ, ਦੂਏ ਨੂੰ ਅਕਾਲੀਆਂ ਨੂੰ ਮਾੜਾ ਕਹਾਂ, ਆਪਲਿਆਂ ਨੂੰ ਮਾੜਾ ਕਹਾਂ, ਪਰ ਜਦੋਂ ਮੈਂ ਜਿਹਦੇ ਪਿੱਛੇ ਮੈਂ ਲੜ ਰਿਹਾ ਉਹ ਸਾਲ ਮਾਰ ਕੇ ਦੂਈ ਪਾਰਟੀ 'ਚ ਵੱਗ ਜਾਂਦਾ ਆ, ਪਰ ਵੋਟ ਪਾਉਣ ਵਾਲੀ ਦੀ ਕੀ ਅਹਿਮੀਅਤ ਰਹਿ ਜਾਂਦੀ ਆ। ਮੈਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਜ਼ਿਲ੍ਹਾ ਪਟਿਆਲਾ ਦਾ ਖਜ਼ਾਨਚੀ ਹਾਂ, ਅਤੇ ਸਾਡਾ ਤਾਂ ਇੱਕੇ ਨਾਰਾ, ਵੋਟ ਬਾਈਕਾਟ, ਵੋਟਾਂ
ਨਾਲ ਆਪਣਾ ਸੁਧਾਰ ਨਹੀਂ ਹੋਣਾ। ਜੇ ਆਪਣਾ ਸੁਧਾਰ ਹੋਣਾ ਆ ਤਾਂ ਆਪਣੇ ਭਾਈਚਾਰੇ ਨਾਲ, ਆਪਣੇ ਏਕੇ ਨਾਲ। ਜਿਹੜਾ ਵੀ ਕੋਈ ਵੀ ਸਿਆਸੀ ਬੰਦਾ ਉਰੇ ਆਉਂਦਾ ਆ, ਪਿੰਡ 'ਚ ਆਉਂਦਾ, ਸ਼ਹਿਰ 'ਚ, ਉਹਨਾਂ ਨੂੰ ਸਵਾਲ ਜਵਾਬ ਕਰੋ। ਮੈਂ ਨਹੀਂ ਕਹਿੰਦਾ ਵੀ ਸਾਰੇ ਬੰਦੇ ਵੋਟ ਨਾ ਪਾਉਣ, ਪਰ ਜਿਹੜਾ ਵੋਟ ਪਾਉਂਦਾ ਤਾਂ ਨੱਕ ਦਾ ਹੱਕ ਹੋਣਾ ਚਾਹੀਦਾ ਵੀ ਉਹ ਜਵਾਬ ਦੇ ਹੋਵੇ ਲੀਡਰ ਉਹਨਾਂ ਦਾ। ਸਾਡੀ ਵੋਟ ਦਾ ਹੱਕਦਾਰ ਤਾਂ ਹੈਗਾ, ਸਹੀ ਗੱਲ ਹੈ। ਨਹੀਂ ਚਲੋ ਮੈਂ ਨਹੀਂ ਪਾਉਂਦਾ, ਅਸੀਂ ਬਾਈਕਾਟ ਕਰਦੇ ਹਾਂ ਵੋਟ ਦਾ, ਪਰ ਜਿਹੜਾ ਬੰਦਾ ਵੋਟ ਪਾਉਂਦਾ ਉਹ ਕਮ ਸੇ ਕਮ ਸਵਾਲ ਜਵਾਬ ਤਾਂ ਕਰੇ ਨਾ ਉਹਨਾਂ ਨੂੰ। ਬਿਲਕੁਲ ਬਿਲਕੁਲ, ਕਿਉਂਕਿ ਮੇਰਾ ਵੀ ਹੱਕ ਆ ਸਵਾਲ ਜਵਾਬ ਦਾ ਕਰਨ ਦਾ, ਕਿਉਂਕਿ ਮੈਂ ਟੈਕਸ ਭਰਦਾ, ਮੈਂ ਹਰ ਚੀਜ਼ 'ਤੇ ਉਹਦੇ ਟੈਕਸ ਦਿੰਦਾ ਹਾਂ। ਮੈਨੂੰ ਕੋਈ ਸੁਵਿਧਾ ਨਹੀਂ ਮਿਲਦੀ, ਸਾਡੇ ਹੱਕ ਮਾਰੇ ਜਾਂਦੇ ਨੇ। ਮੇਰਾ ਤਾਂ ਇੰਨਾ ਹੀ ਕਹਿਣਾ ਵੀ ਆਪਦਾ ਭਾਈਚਾਰਾ ਬਣਾ ਕੇ ਰੱਖੋ ਅਤੇ ਆਪਣੇ ਹੱਕਾਂ ਵਾਸਤੇ ਲੜੋ। ਸੋ ਬਿਲਕੁਲ, ਜਿਹੜੇ ਸੱਥਾਂ ਦੀ ਗੱਲ ਕੀਤੀ ਜਾਵੇ, ਸੱਥਾਂ ਦੇ ਵਿੱਚ ਆਪਣੇ ਆਪਣੇ ਜਿਹੜੇ ਵਿਚਾਰ ਨੇ ਉਹ ਪਿੰਡ ਵਾਸੀਆਂ ਨੇ ਰੱਖੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ, ਕਿਹਦੇ ਸਿਰ 'ਤੇ ਜਿਹੜਾ ਤਾਂ ਸਜੇਗਾ, ਉਹ ਵੀ ਤੁਹਾਨੂੰ ਅਸੀਂ ਜਿਹੜਾ ਰਿਪੋਰਟ ਦੇ ਜ਼ਰੀਏ ਦਿਖਾਵਾਂਗੇ। ਮੈਨੂੰ ਅਤੇ ਮੇਰੇ ਸਹਿਯੋਗੀ ਤੋਂ ਇਜਾਜ਼ਤ, ਧੰਨਵਾਦ।